ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ ਤੇ ਅੱਜ ਫੇਰ ਹਾਜ਼ਰ ਹਾਂ ਤੁਹਾਡੇ ਲਈ ਬੁਣਤੀ ਦਾ ਬਹੁਤ ਹੀ ਆਸਾਨ ਡਿਜ਼ਾਈਨ ਲੈ ਕੇ ਇਹ ਡਿਜ਼ਾਈਨ ਸਪੈਸ਼ਲ ਭੈਣਾਂ ਦੀ ਕੋਟੀ ਜੈਕਟ ਲਈ ਆ ਤੇ ਬੜੀ ਆਸਾਨੀ ਨਾਲ ਬਣਨ ਵਾਲਾ ਡਿਜ਼ਾਈਨ ਆ ਇਹ ਡਿਜ਼ਾਈਨ ਬਣਾਉਣ ਲਈ ਆਪਾਂ 6-6 ਦੇ ਹਿਸਾਬ ਨਾਲ ਕੁੰਡੇ ਲੈ ਕੇ 3 ਕੁੰਡੇ ਆਪਾਂ ਵਾਧੂ ਲੈ ਲੈਣੇ ਨੇ ਤੇ ਫਿਰ ਇਹ ਡਿਜ਼ਾਈਨ ਆਪਣਾ ਆ ਜਾਂਦਾ ਪੂਰਾ ਹੁਣ ਆਪਾਂ ਕਰਦੇ ਹਾਂ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਇਹ ਹੈਗੀ ਡਿਜ਼ਾਈਨ ਦੀ ਪਹਿਲੀ ਸਿਲਾਈ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਿਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਆ ਤੇ 8 ਸਿਲਾਈਆਂ ਦਾ ਇਹ ਆਪਣਾ ਡਿਜ਼ਾਈਨ ਆ 8 ਸਿਲਾਈਆਂ ਦੇ ਵਿੱਚ ਵੜ ਕੇ ਤਿਆਰ ਹੋ ਜਾਂਦਾ ਇਸ ਤਰ੍ਹਾਂ ਪਹਿਲਾਂ ਆਪਾਂ ਇੱਕ ਕੁੰਡਾ ਸਿੱਧਾ ਇਹਨੂੰ ਚਾਹੇ ਤੁਸੀਂ ਬਿਨਾਂ ਬੁਣੇ ਉਤਾਰ ਲਓ ਚਾਹੇ ਬੁਣ ਲਓ ਉਸ ਤੋਂ ਬਾਅਦ ਫਿਰ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਅੱਗੇ ਤੋਂ ਸਿਲਾਈ ਪਾ ਕੇ 2 ਕੁੰਡਿਆਂ ਦਾ ਇੱਕ ਕੁੰਡਾ ਧਾਗਾ ਆਪਣੇ ਵੱਲ ਕਰ ਲੈਣਾ ਅਤੇ ਇੱਥੇ ਆਪਾਂ ਜਾਲੀ ਪਾ ਦੇਣੀ ਆ ਫਿਰ ਧਾਗਾ ਆਪਣੇ ਵੱਲ ਕਰਕੇ ਆਹ ਵਾਲੇ 2 ਕੁੰਡਿਆਂ ਨੂੰ ਇਸ ਤਰ੍ਹਾਂ ਫਿਰ ਬੈਕ ਲੂਪ ਤੋਂ ਇੱਕ ਕਰ ਦੇਣਾ ਇੱਥੇ ਆਪਣੇ 2 ਕੁੰਡਿਆਂ ਦਾ ਇੱਕ ਕੁੰਡਾ ਹੋਇਆ ਫਿਰ ਕੁੰਡਾ ਆਪਣਾ ਪੂਰਾ ਆ ਗਿਆ ਇੱਥੇ ਫਿਰ ਆਪਾਂ 2 ਕੁੰਡਿਆਂ ਦਾ ਇੱਕ ਕੁੰਡਾ ਕੀਤਾ ਅਤੇ ਜਾਲੀ ਪਾ ਕੇ ਇਹ ਆਪਣਾ ਕੁੰਡਾ ਫਿਰ ਪੂਰਾ ਆ ਗਿਆ ਉਸ ਤੋਂ ਬਾਅਦ ਫਿਰ ਆਪਣਾ ਇੱਕ ਕੁੰਡਾ ਸਿੱਧਾ 2 ਕੁੰਡਿਆਂ ਦਾ ਇੱਕ ਕੁੰਡਾ ਧਾਗਾ ਆਪਣੇ ਵੱਲ ਕਰਕੇ ਇੱਥੇ ਜਾਲੀ ਪਾ ਕੇ ਆਪਾਂ ਇੱਕ ਕੁੰਡਾ ਸਿੱਧਾ ਬੁਣ ਲੈਣਾ ਫਿਰ ਧਾਗਾ ਆਪਣੇ ਵੱਲ ਕਰਕੇ ਆਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ 2 ਕੁੰਡਿਆਂ ਦਾ ਇੱਕ ਕੁੰਡਾ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਆ ਇੱਕ ਕੁੰਡਾ ਸਿੱਧਾ 2 ਕੁੰਡਿਆਂ ਦਾ ਇੱਕ ਕੁੰਡਾ ਧਾਗਾ ਆਪਣੇ ਵੱਲ ਕਰਕੇ ਜਾਲੀ ਪਾ ਲੈਣੀ ਆ ਫਿਰ ਧਾਗਾ ਆਪਣੇ ਵੱਲ ਕਰਕੇ ਜਾਲੀ ਪਾ ਕੇ ਇਸ ਤਰ੍ਹਾਂ ਕੁੰਡੇ ਨੂੰ ਉਲਟਾ ਕੇ ਆਪਾਂ 2 ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਲਾਸਟ ਵਾਲੇ 2 ਕੁੰਡੇ ਆਪਣੇ ਸਿੱਧੇ ਹੁਣ ਆ ਗਏ ਆਪਾਂ ਦੂਜੀ ਸਿਲਾਈ 'ਤੇ ਬੈਕ ਸਾਈਡ ਇੱਧਰਲੀ ਆਪਾਂ ਸਾਰੀ ਸਿਲਾਈ ਉਲਟੀ ਬਣਾਉਣੀ ਆ ਹੁਣ ਆ ਗਏ ਸਿੱਧੇ ਪਾਸੇ ਡਿਜ਼ਾਈਨ ਦੀ ਹੈਗੀ ਤੀਜੀ ਸਿਲਾਈ ਇਹ ਆਪਣੀ ਇੱਧਰਲੀ ਹੁਣ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਵੈਸੇ ਤਾਂ ਇਹ ਇੱਕ ਸਿਲਾਈ ਦਾ ਹੀ ਡਿਜ਼ਾਈਨ ਹੈ 3 ਸਿਲਾਈਆਂ ਦੇ ਵਿੱਚ ਗੈਪ ਲਈ ਬਣਦੀਆਂ ਨੇ 4 ਸਿਲਾਈਆਂ ਦੇ ਵਿੱਚ ਇਹ ਆਪਣੀ ਡੱਬੀ ਬਣ ਕੇ ਕੰਪਲੀਟ ਹੋ ਜਾਂਦੀ ਹੈ ਅਗਲੀਆਂ 4 ਸਿਲਾਈਆਂ ਦੇ ਵਿੱਚ ਇਹ ਡੱਬੀ ਆਪਣੀ ਜਿਹੜੀ ਥੋੜ੍ਹੀ ਜਿਹੀ ਚੇਂਜ ਹੋ ਜੂਗੀ ਲਓ ਜੀ ਆ ਗਏ ਆਪਾਂ ਹੁਣ ਚੌਥੀ ਸਿਲਾਈ 'ਤੇ ਚੌਥੀ ਸਿਲਾਈ ਆਪਾਂ ਫਿਰ ਸਾਰੀ ਉਲਟੀ ਪਾ ਲੈਣੀ ਹੈ ਹੁਣ ਸਿੱਧੇ ਪਾਸੇ ਆ ਗਏ ਡਿਜ਼ਾਈਨ ਦੀ ਹੈਗੀ ਇਹ ਆਪਣੀ 5ਵੀਂ ਸਿਲਾਈ 5ਵੀਂ ਸਿਲਾਈ ਆਪਾਂ ਕਿਵੇਂ ਪਾਉਣੀ ਆ ਥੋੜ੍ਹਾ ਜਿਹਾ ਧਿਆਨ ਨਾਲ ਦੇਖਿਓ ਇੱਥੇ ਆਪਾਂ ਡਿਜ਼ਾਈਨ ਚੇਂਜ ਕਰਨਾ ਗਾ ਆਹ ਵਾਲੇ 2 ਕੁੰਡੇ ਪਹਿਲਾਂ ਆਪਾਂ ਉਸੇ ਤਰ੍ਹਾਂ ਸਿੱਧੇ ਬੁਣ ਲੈਣੇ ਨੇ ਫਿਰ ਧਾਗਾ ਆਪਣੇ ਵੱਲ ਕਰਕੇ ਇੱਥੇ ਆਪਾਂ ਜਾਲੀ ਪਾਉਣੀ ਆ ਔਰ ਆਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ 2 ਦਾ ਇੱਕ ਬੈਕ ਲੂਪ ਤੋਂ ਕਰਨਾ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਫਿਰ ਆਹ ਵਾਲੇ 2 ਕੁੰਡਿਆਂ ਨੂੰ ਅੱਗੇ ਤੋਂ ਆਪਾਂ 2 ਦਾ ਇੱਕ ਕਰ ਦੇਣਾ ਇਸ ਤਰ੍ਹਾਂ ਫਿਰ ਧਾਗਾ ਆਪਣੇ ਵੱਲ ਕਰਕੇ ਆਹ ਕੁੰਡੇ ਦੇ ਆਲੇ ਦੁਆਲੇ ਹੁਣ ਆਪਾਂ ਜਾਲੀ ਪਾਉਣੀ ਆ
धागा अपने वल करके इस तरह दो कुंडिया का एक कुंडा बैक लूप तो एक कुंडा सीधा आ वाले दो कुंडिया का एक कुंडा अगे तो। सारी सिलाई आप इस तरह ही पाते जाना। लास्ट वाले फिर अपने दो कुंडे सीधे। छेवीं सिलाई आ बैक साइड, ये सारी आप उल्टी पानी आ। बैक साइड दिया सारिया सिलाइया ही अपन उल्टिया ही बन गई। सीधी साइड आ गए हुण फिर अपनी सारी सिलाई यह सीधी बनूगी। सीधे पासे तो सत्तवीं सिलाई है यह अपनी। बिल्कुल रेडीमेड कोटी वर्गी कोटी बनूगी। ये डिजाइन पा के तुसी बनायो जरूर, ट्राई जरूर करियो और कमेंट दे विच दस्यो जरूर भी तुहानू ये डिजाइन किस तरह का लग्या। अठवीं सिलाई बैक साइड उल्टी। इस तरह यह डिजाइन बनूगा अपना। देखो अगे दी अगे इस तरह ही बनता जाना। यही आप अठ सिलाइया वार बार रिपीट करांगे तो बहुत ही सोहना डिजाइन बनूगा। हुण फिर आप पहली सिलाई तो उस तरह ही शुरू कर लेना गा। पहला दो कुंडे सीधे, फिर आह वाले दो कुंडिया जिहड़ा इन्हों आप हम इधर न अगे तो दो दा एक कर देना। इस तरह अगे दी अगे आप यही अठ सिलाइया वार बार रिपीट करांगे तो शानदार डिजाइन बनता जाऊगा। उम्मीद है तुसी जरूर पसंद करोगे। जेकर तुहानू डिजाइन वधिया लग्या वीडियो नू लाइक कमेंट ते शेयर जरूर करना और मेरे चैनल नू सबसक्राइब जरूर करना। चलो जी मिलते हैं एक नवी वीडियो के नाल। तद तक लई तुहाडा सब दा बहुत बहुत धन्यवाद। थैंक यू।